हां जी दोस्तों टुडे पंजाब न्यूज़ चैनल ਦੇ Facebook ਪੇਜ ਤੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਕਿਸਾਨਾਂ ਲਈ ਇੱਕ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆਂ ਜੀ। ਖੁਸ਼ਖਬਰੀ ਜਿਹੜੀ ਹੈਗੀ ਹੈ ਉਹ ਬਾਸਪਤੀ ਵਾਲੇ ਕਿਸਾਨ ਵੀਰਾਂ ਲਈ ਹੈਗੀ ਹੈ। ਕਈਆਂ ਇਲਾਕਿਆਂ ਦੇ ਵਿੱਚ ਜਿੱਥੇ ਪੰਜਾਬ ਦੇ ਕਈ ਇਲਾਕੇ ਐ ਜਿਹੇ ਹੈਗੇ ਜਿੱਥੇ ਬਾਸਪਤੀ ਜਾਂ ਝੋਨਾ ਕਈ ਕਿਸਾਨ ਵੀਰ ਪਹਿਲਾਂ ਲਗਾ ਦਿੰਦੇ ਆ ਤੇ ਉਹ ਫਸਲ ਜਿਹੜੀ ਪੱਕ ਕੇ ਪਹਿਲਾਂ ਹੀ ਤਿਆਰ ਹੋ ਜਾਂਦੀ ਆ। ਤਾਂ ਇਸ ਵਾਰ ਜਿਹੜੀ 1509 ਬਾਸਪਤੀ ਹੈਗੀ ਜੀ ਉਹ ਕਾਫੀ ਚੰਗਾ ਚੜ ਦੇ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਜਿਹੜੀ ਬਾਸਪਤੀ ਸੀਗੀ ਉਹ 8 ਤੋਂ 9 ਕੁਆਟਰ ਦੇ ਵਿੱਚ ਹੀ ਰਹਿ ਗਈ ਸੀਗੀ ਪਰ ਇਸ ਵਾਰ ਜਿਹੜੀ 1509 ਬਾਸਪਤੀ ਜਿਹੜੀ ਹੈਗੀ ਹੈ ਉਹ 20 ਤੋਂ 22 ਕੁਆਟਰ ਦਾ ਚੜ ਦੇ ਰਹੀ ਹੈ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਹੈ ਤੁਸੀਂ ਮੌਸਮ ਦਾ ਲਾ ਸਕਦੇ ਹਾਂ ਕਿਉਂਕਿ ਪਹਿਲਾਂ ਮੌਸਮ ਚੰਗਾ ਰਿਹਾ ਪਹਿਲਾਂ ਵੀ ਕਾਫੀ ਜਿਆਦਾ ਬੈਗੇ ਸੀਗੇ ਉਸ ਕਰਕੇ ਜਿਹੜੀ 1500 ਨਾ ਬਾਸਪਤੀ ਹੈ ਇਸ ਵਾਰ ਕਾਫੀ ਚੰਗਾ ਚੜ ਦੇ ਰਹੀ ਹੈ ਤਾਂ ਦੋਸਤੋ ਖੁਸ਼ਖਬਰੀ ਦੀ ਗੱਲ ਇਹ ਹੈਗੀ ਹੈ ਕਿ ਇਸ ਵਾਰ ਜਿਹੜਾ ਬਾਸਪਤੀ ਦਾ ਭਾਅ ਕਿਸਾਨਾਂ ਨੂੰ ਚੰਗਾ ਚੰਗਾ ਮਿਲਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਕਿਉਂਕਿ ਮੰਡੀਆਂ ਵਿੱਚ 1509 ਬਾਸਪਤੀ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਤੇ ਲਗਭਗ ਜੇ ਰੇਟ ਦੀ ਗੱਲ ਕਰੀਏ ਤਾਂ 3500 ਤੋਂ 4500 ਰੁਪਏ ਤੱਕ ਜਿਹੜੀ ਬਾਸਪਤੀ ਵਿਕ ਰਹੀ ਹੈ ਤੇ ਜੇ ਅੱਜ ਦੇ ਰੇਟਾਂ ਦੀ ਗੱਲ ਕਰੀਏ ਤਾਂ ਅਮਰਸਰ ਦੇ ਵਿੱਚ ਅੱਜ ਜਿਹੜੀ ਬਾਸਪਤੀ 1509 ਵਿਕੀ ਹੈ ਉਹ ਪ੍ਰਤੀ ਕੁਆਂਟ ਜਿਹੜੀ ਹੈਗੀ ਜੀ 3500 ਤੋਂ 3800 ਰੁਪਏ ਤੱਕ ਵਿਕ ਗਈ ਹੈ ਤੇ ਜੇ ਜੰਡਿਆਲਾ ਗੁਰੂ ਕੀ ਮੰਡੀ ਦੀ ਗੱਲ ਕਰੀਏ ਤਾਂ ਉੱਥੋਂ ਦੀ ਜਿਹੜੀ ਖਬਰ ਆਈ ਹੈ ਕਿ ਉੱਥੇ ਜਿਹੜੀ 3850 ਰੁਪਏ ਤੱਕ ਜਿਹੜੀ ਬਾਸਪਤੀ ਵਿਕ ਚੁੱਕੀ ਹੈ ਤੇ ਜੇ ਗੱਲ ਕਰੀਏ ਤਰਵਾੜੀ ਮੰਡੀ ਦੀ ਤਰਵਾੜੀ ਮੰਡੀ ਦੇ ਵਿੱਚ 11 21 ਬਾਸਪਤੀ ਆਈ ਸੀ ਉੱਥੇ 4500 ਰੁਪਏ ਜਿਹੜਾ ਰੇਟ ਇਹਦਾ ਲੱਗ ਚੁੱਕਿਆ ਤੇ ਕੋਟਕਪੂਰਾ ਦੀ ਮੰਡੀ ਦੀ ਗੱਲ ਕਰਦੇ ਆ ਤਾਂ ਇੱਥੇ 3500 ਤੋਂ 3800 ਰੁਪਏ ਤੱਕ ਜਿਹੜਾ ਕਿਸਾਨਾਂ ਨੂੰ ਭਾਜਾ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਤੇ ਇਸ ਤੋਂ ਇਹ ਆਸ ਲਗਾਈ ਜਾ ਰਹੀ ਹੈ ਕਿ ਜਿਵੇਂ ਰੇਟ ਹੁਣ ਚੰਗਾ ਹੈ ਤਾਂ ਜਦੋਂ ਸੀਜ਼ਨ ਆਵੇਗਾ ਜਦੋਂ ਦੂਜੀਆਂ ਬਾਸਪਤੀਆਂ ਵੀ ਆਉਣਗੀਆਂ ਤਾਂ ਸਾਨੂੰ ਚੰਗਾ ਰੇਟ ਮਿਲ ਸਕਦਾ ਹੈ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਕਿਸਾਨਾਂ ਨੂੰ ਇਸ ਵਾਰ ਬਾਸਪਾਈ ਦਾ ਰੇਟ ਜਿਹੜਾ ਚੰਗਾ ਮਿਲ ਸਕਦਾ ਹੈ ਤਾਂ ਦੋਸਤੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਇੱਥੇ ਤੱਕ ਸ਼ੇਅਰ ਜਰੂਰ ਕਰੋ ਤਾਂ ਜੋ ਸਾਰਿਆਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਤੇ ਮਿਲਦੇ ਹਾਂ ਅਸੀਂ ਇਸੇ ਤਰ੍ਹਾਂ ਦੀ ਹੋਰ ਨਵੀਂ ਜਾਣਕਾਰੀ ਦੇ ਨਾਲ ਹੋਂਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ